ਬਾਈ ਸਾਹਿਬ, ਇੱਕ ਸੀ ਐਮ ਸਾਹਿਬ ਦੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫਲੇ ਦੀ, ਅਤੇ ਪ੍ਰਗਟ ਸਿੰਘ ਉਹਨਾਂ ਨੇ ਵੀ ਵਾਇਰਲ ਕੀਤੀ ਹੈ, ਅਤੇ ਪੁੱਛਿਆ ਗਿਆ ਕਿ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਪਹਿਲਾਂ ਸਵਾਲ ਚੁੱਕਦੇ ਸੀ, ਅੱਜ ਐਡੇ ਐਡੇ ਕਾਫਲੇ ਨਾਲ ਘੁੰਮਦੇ ਨੇ, ਤੁਸੀਂ ਕੀ ਕਹੋਗੇ ਵੀਡੀਓ ਨੂੰ? ਦੇਖੋ, ਮੈਂ ਤਾਂ ਮੀਡੀਆ ਨੂੰ ਤਾਂ ਮੈਂ ਕੀ ਕਹਿਣਾ, ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਕਿ ਲੋਕ ਕਹਿੰਦੇ ਕੀ ਸੀ, ਕੀਤਾ ਇਹਨਾਂ ਨੇ ਕੀ ਟੋਟਲ। ਵੇਖੋ, ਦੋ ਤਿੰਨ ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ, ਬਠਿੰਡੇ ਆ ਕੇ ਨਿਰਾ ਝੂਠ ਬੋਲਣਾ, ਕੁਫਰ ਤੋਲਣਾ, ਇਹ ਪੀ ਐਚ ਡੀ ਹੈ ਕੇਜਰੀਵਾਲ ਕੋਲ ਵੀ ਹੈ ਅਤੇ ਭਗਵੰਤ ਮਾਨ ਕੋਲ ਵੀ। ਆਰਟਿਸਟ ਹੈ ਜੀ, ਅਤੇ ਹੈ ਹੀ ਸਟੇਜ ਆਰਟਿਸਟ ਸੀ, ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜੀ, ਜਦੋਂ ਮਰਜ਼ੀ ਕਿਸੇ ਨੂੰ ਰਵਾ ਲੈਣਾ, ਜਦੋਂ ਮਰਜ਼ੀ। ਵੇਖੋ, ਉਹਦੇ ਨੌਜਵਾਨ ਬੇਟੀ ਨੇ ਹੀ ਇਹ ਗੱਲ ਕਹਿ ਦਿੱਤੀ ਹੈ ਕਿ ਸੈਂਟੀਮੈਂਟਸ ਨੂੰ ਵਿਨ ਓਵਰ ਕਰਨਾ ਜਾਣਦੇ, ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ 'ਤੇ ਖੇਡਣਾ, ਇਹ ਇਹਨਾਂ ਦੀ ਕਲਾਕਾਰੀ ਹੈ, ਪ੍ਰੋਫੈਸ਼ਨਲ। ਇਹਨਾਂ ਨੂੰ ਮੌਕਾ ਦੇ ਦਿੱਤਾ, ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ, ਇਹ ਸਕਿੱਟ ਕਰਦੇ ਕਰਦੇ ਇਹਨਾਂ ਮੌਕਾ ਦੇ ਦਿੱਤਾ। ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸ ਤਰ੍ਹਾਂ ਕਰਨੇ, ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੇਜਰੀਵਾਲ ਸਾਹਿਬ, ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਦਿਓ, ਸਾਡਾ ਚੀਫ ਮਿਨਿਸਟਰ 24 ਘੰਟੇ 'ਚ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਉਹ ਸੋਲਵ ਕਰੇਗਾ, ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇਵੇਗਾ। ਤੁਹਾਨੂੰ ਅੱਜ ਆਇਆਂ ਨੂੰ 20 ਮਹੀਨੇ ਹੋ ਗਏ, ਤੁਸੀਂ ਹੁਣ ਨਾਮ ਹੀ ਨਹੀਂ ਲੈਂਦੇ ਉਹਦਾ, ਤੁਸੀਂ ਨਾਮ ਹੀ ਲੈਂਦੇ। ਤੁਸੀਂ ਕਿਹਾ ਸੀ ਖੁਦਕਸ਼ੀ 1 ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ, ਮਾਰਚ ਦੇ ਮਹੀਨੇ ਸਾਡੀ ਸਰਕਾਰ ਆਣੀ। ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹਦੇ 'ਚ ਸਾਰਿਆਂ ਨਾਲੋਂ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ 'ਚ ਕੀਤੀਆਂ ਗਈਆਂ, ਕਦੀ ਨਾ ਹੀ ਨਹੀਂ ਲਿਆ, ਜ਼ਿਕਰ ਹੀ ਨਹੀਂ ਕੀਤਾ ਹੁਣ ਤੀ ਉਹਨਾਂ। ਫਿਰ ਸਾਡੀਆਂ ਨੌਜਵਾਨ ਬੱਚੀਆਂ ਨੂੰ, ਭੈਣਾਂ ਨੂੰ, ਜਿਹੜੇ ਝੂਠ ਬੋਲ ਸਕਦੇ, ਉਹਨਾਂ ਨੂੰ ਕਿਹਾ 1000 ਰੁਪਇਆ ਅਸੀਂ ਤੁਹਾਨੂੰ ਮਹੀਨੇ ਦਾ ਦਿਆ ਕਰਾਂਗੇ। ਕਦੀ ਵੇਖੋ, ਬਠਿੰਡੇ ਵਾਲੇ ਰੈਲੀ ਦੇ ਵਿੱਚ ਕੇਜਰੀਵਾਲ ਨੇ ਜ਼ਿਕਰ ਤੱਕ ਵੀ ਨਹੀਂ ਕੀਤਾ, ਗਰੰਟੀ ਉਹ ਜਿਹੜੀ ਉਹਦੀ ਗਰੰਟੀ ਹੈ ਮੁਲਾਜ਼ਮਾਂ ਦਾ। ਤੁਸੀਂ ਵੇਖੋ, 12% DA ਅਤੇ ਓਲਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ, ਅਜੇ ਤੱਕ ਕਾਂਗਰਸ ਵਾਲੇ ਹਿਮਾਚਲ 'ਚ ਕਰਤੀ, ਅਸੀਂ ਆ ਕੇ ਛੱਤੀਸਗੜ੍ਹ ਅਤੇ ਰਾਜਸਥਾਨ 'ਚ ਜਾਰੀ ਕਰਤੀ। ਕੱਲ੍ਹ ਇਹਨਾਂ ਨੇ ਪਹਿਲੀ ਵਾਰ, ਉਹ ਵੀ ਜਦੋਂ ਮੈਂ ਮੁੱਦਾ ਇਹ ਅਸੈਂਬਲੀ ਦੇ ਵਿੱਚ ਉਠਾਇਆ, ਉਸ ਤੋਂ ਬਾਅਦ 12% ਦੀ ਜਗ੍ਹਾ 'ਤੇ 4% DA ਹੁਣ ਕੱਲ੍ਹ ਅਨਾਊਂਸ ਕੀਤਾ, ਉਹ ਵੀ ਪਤਾ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿ ਨਹੀਂ ਦੇਣਾ। ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨੇ, ਨਾ ਖੇਤ ਮਜ਼ਦੂਰਾਂ ਨੂੰ ਦੇ ਰਹੇ ਨੇ। ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਵਿਧਾਨ ਸਭਾ ਸਾਈਕਲ ਐਜ਼ ਲੀਡਰ ਆਫ ਦੀ ਓਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ, ਇੱਕ ਮਤਾ ਲੈ ਕੇ ਆਉਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਏ ਚੰਡੀਗੜ੍ਹ ਦੇ ਬਾਰਡਰ 'ਤੇ, ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਇਹਨਾਂ ਵਾਪਸ ਲਏ ਨੇ, ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ MSP ਲੀਗਲਾਈਜ਼ ਅਸੀਂ ਕਰਕੇ ਦਾਂਗੇ, ਸਾਨੂੰ ਥੋੜ੍ਹਾ ਜਿਹਾ ਵਕਤ ਦੇ ਦਿਓ। ਮੈਂ ਕਿਹਾ ਮਤੇ ਦੀ ਸਪੋਰਟ ਕਰ ਦਿਓ ਸੈਂਟਰ ਦੇ ਅਗੇਂਸਟ, ਜਿੰਨੇ ਕੇਸ ਕਿਸਾਨਾਂ 'ਤੇ ਸੜਕਾਂ 'ਤੇ ਬਣੇ ਸੀ, ਨੈਸ਼ਨਲ ਹਾਈਵੇਜ਼ 'ਤੇ ਜਾਂ ਆਪਣੀਆਂ ਟ੍ਰੇਨਾਂ ਦੇ ਬੈਂਡ 'ਤੇ ਰੇਲਵੇ ਦੇ ਜਿਹੜੇ ਟਰੈਕਸ ਹੈ ਨੇ, ਇਹਨਾਂ ਦੇ ਕੇਸ, ਕੋਈ ਕੇਸ ਵਾਪਸ ਨਹੀਂ ਕੀਤਾ ਗਿਆ, ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਹਨਾਂ ਦੀਆਂ ਸ਼ਹਾਦਤਾਂ ਉੱਥੇ ਹੋਈਆਂ ਨੇ। ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ 1-1 ਸਰਕਾਰੀ ਨੌਕਰੀ ਦਿੱਤੀ ਸੀ ਅਤੇ 5-5 ਲੱਖ ਰੁਪਇਆ ਦਿੱਤਾ ਸੀ। ਹਿੰਦੁਸਤਾਨ 'ਚ ਉਹ ਸਾਰਾ ਕੁਝ ਬਕਾਇਆ ਰਹਿੰਦਾ। ਇਹਨਾਂ ਨੇ ਈਵਨ ਮੇਰਾ ਮਤਾ ਜਿਹੜਾ ਸੀ ਅਡੋਪਟ ਵੀ ਨਹੀਂ ਕੀਤਾ। ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ, ਤੁਸੀਂ ਲੈ ਆਓ, ਅਸੀਂ ਸਪੋਰਟ ਕਰਦੇ ਸੈਂਟਰ ਦੇ ਅਗੇਂਸਟ।
ਕਿਸਾਨ ਯੂਨੀਅਨਸ ਦੀ, ਕੁਛ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ, ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ। ਲੁਧਿਆਣਾ ਸ਼ਹਿਰ ਹੈ ਸਾਰਾ ਵੱਡਾ ਪੰਜਾਬ ਦਾ, ਮੇਰੇ ਖਿਆਲ ਕੋਈ ਮੁਹੱਲਾ ਕੋਈ ਘਰ ਨਹੀਂ ਜਿਹਨੂੰ ਫਰੌਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆ ਚੁੱਕੀ, ਤੇ ਹਜ਼ਾਰਾਂ ਬੰਦਿਆਂ ਕੋਲ ਫਰੌਤੀਆਂ ਲੈ ਲਈਆਂ ਗਈਆਂ। ਲੋਕ ਡਰਦੇ ਹੀ ਨਹੀਂ ਦੱਸਦੇ, ਦੱਸਣ ਇਹਨਾਂ ਨੂੰ ਕੀ। ਹੋਰ ਤੁਸੀਂ ਵੇਖੋ, ਤੁਸੀਂ ਵੀ ਆਈ ਪੀ ਕਲਚਰ ਦੀ ਗੱਲ ਕੀਤੀ, ਇਹਨਾਂ ਦੀ ਬੀਵੀ ਦੇ ਨਾਲ ਉਦਣ 50 ਗੱਡੀਆਂ ਸੀ, 2 ਬੱਸਾਂ ਵੀ ਸੀ ਪਿੱਛੇ ਔਰਤਾਂ ਦੀਆਂ, 50 ਪੁਲਿਸ ਦੀਆਂ। ਕਿਤੇ ਰੌਲਾ ਪੈ ਗਿਆ, ਸਿਵਲੀਅਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਹੈ ਸਾਡੀ, ਕੰਸਟੇਬਲਸ ਨੇ ਜਿਹੜੀਆਂ ਲੜਕੀਆਂ, ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲ ਗੁਲ ਨਾ ਕੋਈ ਪੈ ਜੇ। ਉਹ 200-200 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ 'ਚ ਫਿਰੀ ਜਾਂਦੀ। ਲੋਕਾਂ ਨੂੰ ਐਂ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਬਾਹਰੋਂ ਇਹਨਾਂ ਦੇ ਦਰਸ਼ਨ ਕਰਨ ਆ ਗਏ। ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਮਾਨ ਜਿਹੜੇ, ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਹਾਂ, ਬਟ ਉਹਨਾਂ ਕੋਲ ਚੀਫ ਮਿਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹੀ ਕੌਂਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ, ਐਂਬੂਲੈਂਸ ਚੱਲਦੀ ਹੈ ਜੀ, ਘੱਟ ਤੋਂ ਘੱਟ 125 ਬੰਦਾ ਪੁਲਿਸ ਦਾ ਚੱਲਦਾ। ਇੱਥੇ ਡਕੈਤੀ ਦਿਨ ਦਿਹਾੜੇ ਹੋ ਜਾਏ ਤੇ ਸਵੇਰੇ ਡਾਕਾ ਵੱਜਿਆ ਹੋਵੇ ਤੇ ਸ਼ਾਮ ਤੱਕ ਤੇ 5 ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਤੇ। ਬਾਜਾ ਸਾਹਿਬ, ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਹੋ ਰਿਹਾ, ਗਵਰਨਰ ਸਾਹਿਬ ਆਪ ਖੁਦ ਪਿੰਡ ਪਹੁੰਚ ਰਹੇ ਨੇ, ਕਿਸ ਤਰ੍ਹਾਂ ਦੇਖਦੇ ਇਸ ਮੂਵਮੈਂਟ ਨੂੰ? ਦੇਖੋ, ਕੋਈ ਸੈਂਟਰ ਦੀ ਸਕੀਮ ਹੈ, ਗਵਰਨਰ ਸਾਹਿਬ ਦਾ ਕੰਮ ਤੇ ਨਹੀਂ ਪਹੁੰਚਣਾ, ਗਵਰਨਰ ਦਾ ਕੰਮ ਇਹ ਨਹੀਂ ਹੈ। ਪਰ ਚਲੋ, ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤੇ ਕੋਈ ਬੜੀ ਗੱਲ ਨਹੀਂ, ਸੂਬਾ ਆਪਣੀ ਗੱਲ ਰੱਖ ਰਿਹਾ। ਜੇ ਕੋਈ ਸਕੀਮ ਲੋਕਾਂ ਦੇ ਹਿੱਤ 'ਚ ਹੈ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨੇ ਤੇ ਕੋਈ ਬੜੀ ਗੱਲ ਨਹੀਂ ਹੁੰਦੀ। ਬਾਬਾ ਸਾਹਿਬ, ਜਿਹੜੇ ਨਵਜੋਤ ਸਿੰਘ ਸਿੱਧੂ ਨੇ ਅਕਸਰ ਆਪਣੀ ਜਿਹੜੀ ਆ ਬੋਲਬਾਲੀ ਨੂੰ ਲੈ ਕੇ ਚਰਚਾ ਕਰਾਈਆਂ ਨੇ, ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਵਿੱਚ ਲਿਆ, ਚੰਨੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ, ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ ਮਤਭੇਦ ਹੋ ਸਕਦੇ ਨੇ? ਗੱਲ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਟੀ ਤੋਂ ਜੇ ਤੁਹਾਨੂੰ ਇਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਤੇ ਉਹਨੂੰ ਡਾਈਜੈਸਟ ਵੀ ਕਰੋ, ਇਹੋ ਜਿਹਾ ਕੰਮ ਨਾ ਕਰੋ। ਤੁਸੀਂ ਅੱਗੇ ਹੀ ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ, 78 ਤੋਂ 18 ਤੇ ਲੈ ਆਉਂਦਾ ਤੁਸੀਂ, ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚੱਲੋ, ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਹੁਣ 2 ਦਿਨ ਬਾਅਦ ਸਾਡੇ ਧਰਨੇ ਨੇ, ਇੱਕ ਇੱਥੇ ਜਗਰਾਓਂ ਧਰਨਾ, ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ, ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ। ਤੁਸੀਂ ਆਪਣਾ ਨਵਾਂ ਅਖਾੜਾ ਜਿਹੜਾ ਲਾਣਾ ਨਾ, ਇਹ ਗੱਲ ਚੰਗੀ ਗੱਲ ਨਹੀਂ। ਕੋਈ ਪੰਜਾਬ ਦਾ ਕਾਂਗਰਸਮੈਨ ਜਿਹੜਾ ਇਹਨੂੰ ਚੰਗਾ ਨਹੀਂ ਸਮਝਦਾ, ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ ਰਾਏ ਦੇਣ ਵਾਲੇ ਸਿੱਧੂ ਸਾਹਿਬ ਨੂੰ, ਉਹ ਵੀ ਮੇਰੇ ਖਿਆਲ ਇਹੀ ਰਾਏ ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਨਾ, ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੁਸੀਂ ਲਾ ਹੀ ਨਹੀਂ ਸਕਦੇ, ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ। ਉਹਨਾਂ ਨੂੰ ਕਦੀ ਕਿਸੇ ਨੂੰ ਰੋਕਿਆ ਨਹੀਂ, ਸਾਰਿਆਂ ਨੂੰ ਵੈਲਕਮ ਹੈ। ਆ ਮੇਰੇ ਵੱਲੋਂ ਹੀ ਚਲੋ ਸੱਦਾ ਸਮਝ ਲਓ, 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ ਸਾਡੇ ਵੱਲੋਂ, ਇਹ ਕਹਿਣਗੇ ਕਿ ਮੈਨੂੰ ਕਿਸੇ ਸੱਦਾ ਨਹੀਂ ਦਿੱਤਾ, ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ, ਤੁਹਾਨੂੰ ਟਾਈਮ ਵੀ ਦਾਂਗੇ, ਉੱਥੇ ਗੱਲ ਕਰੋ ਜੇ ਕਰਨੀ, ਵੱਖਰੀ ਗੱਲ ਹੈ। ਬਾਜਵਾ ਸਾਹਿਬ, ਪੋਲੀਟੀਕਲ ਬੰਡਾਟਾ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਬੜਾ ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਣੀ ਹੋ ਜਾਂਦੀ ਹੈ, ਜਿਸ ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ, ਪਹਿਲਾਂ ਉਹਦੀ ਪਤਨੀ ਨੂੰ ਭੇਜਿਆ ਗਿਆ ਸੀ, ਕੀ ਕਹੋਗੇ ਤੁਸੀਂ ਇਸ ਨੂੰ? ਦੇਖੋ, ਮੈਂ ਇਸ ਗੱਲ ਨੂੰ ਕ੍ਰਿਟੀਸਾਈਜ਼ ਕਰਾਂਗਾ ਸਖਤੀ ਦੇ ਨਾਲ, ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾਂ ਮਾਰਦੇ ਫਿਰਦੇ ਦਿੱਲੀ 'ਚ, ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੱਤਾ ਸਤਿੰਦਰ ਜੈਨ, ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੱਤਾ ਮਨੀਸ਼ ਸਿਸੋਦੀਆ, ਸੰਜੇ ਸਿੰਘ MP ਅੰਦਰ ਦਿੱਤਾ, ਤੇ ਹੋ ਸਕਦਾ ਕੇਜਰੀਵਾਲ ਵੀ ਚੰਦ ਦੇ ਨਾਲ ਤੁਰ ਜੇ ਉੱਥੇ, ਤਾਂ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ 'ਤੇ ਪਿੱਟਦੇ ਹੋ
ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ। ਸੀਏ ਜਿਹੜੇ ਨੇ, ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਸਿਆਸੀ ਜਮਾਤਾਂ ਨੇ, ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ਨਾਕਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆਏ, ਅਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕੇਸਾਂ ਦੇ ਹਿਸਾਬ ਦੇ ਨਾਲ ਡਰਾ ਧਮਕਾ ਲਾਂਗੇ, ਜਦੋਂ ਵੀ ਕਿਸੇ ਮੈਂ ਸਮਝਣਾ ਸਿਆਸੀ ਆਦਮੀ ਨੂੰ ਸਿਆਸੀ ਕਿਰ ਦੇ ਵਿੱਚ ਅੰਦਰ ਦਿੰਦੇ ਹੋ ਤਾਂ ਉਹਦਾ ਆਪਣਾ ਰੁਤਬਾ ਹੀ ਵੱਧਦਾ, ਘਟਦਾ ਤਾਂ ਹੈ। ਅਤੇ ਇਹ ਵੀ ਐਕਸਪੈਰੀਮੈਂਟ ਕਰਕੇ ਮਾਣ ਵੇਖ ਲੈ, ਇਹਨਾਂ ਨੂੰ ਮਹਿੰਗਾ ਹੀ ਪੈਣਾ ਜੀ। ਠੀਕ, ਥੈਂਕ ਯੂ ਸਰ।